ਪਕੌੜੇ ਆ ਗਏ ਬਣੇ ਬਣੇ ਬਾਈ ਜੀ, ਭਜੀਆ ਕਹਿੰਦੇ ਨੂੰ ਕਿੰਨਾ ਪਿਆਰ ਮੁਹੱਬਤ ਕਰਦੇ ਆ, ਪਕੌੜੇ ਖਿਲਾ ਰਿਹਾ ਦੇਖ ਲੋ ਵੀ ਖਿਲਾਣਾ। ਹਾਂ ਇਹ ਕਿਸ ਕੋ ਵੀ ਖਿਲਾ, ਚੱਲ ਚੱਲ ਵੈਲਕਮ ਆ ਆਪਣੀ ਇੱਕ ਹੋਰ ਨਵੀਂ ਵੀਡੀਓ 'ਚ। ਲਓ ਜੀ ਬਾਈ, ਅੱਜ ਚੱਲਦੇ ਹਾਂ ਕਲੋਨੀ ਦੇ ਬੈਕ ਸਾਈਡ 'ਤੇ, ਜਿੱਥੇ ਆਪਾਂ ਮੰਨ ਲਓ ਡੇਰਾ ਬਣਾਉਣਾ। ਇੱਥੇ ਮਗਰ ਕਣਕ ਰਹਿਗੀ ਦੀ, ਬਾਕੀ ਆਲੇ ਦੁਆਲੇ ਤਾਂ ਕਣਕ ਸਾਫ ਜਿਹਾ ਏਰੀਆ ਲੱਗਦਾ ਹੁਣ ਤਾਂ, ਬਸ ਥੋੜ੍ਹੇ ਦਿਨ ਦਾ ਹੀ ਕੰਮ ਹੋਰ ਆ, ਵੱਧ ਤੋਂ ਵੱਧ 5-4 ਦਿਨ ਲੱਗਣਗੇ ਹੋਰ ਆਪਣੇ ਵੀਰੇ। ਉਹ ਤੋਂ ਬਾਅਦ ਫਿਰ ਦੇਖਦੇ ਹਾਂ ਬਣਾਉਂਦੇ ਹਾਂ ਪ੍ਰੋਗਰਾਮ ਕਿਤੇ ਦਾ, ਹੈ ਨਾ। ਬਾਕੀ ਇੱਕ ਗੱਲ ਦੀ ਸਮਝ ਨਹੀਂ ਲੱਗੀ ਐਤਕੀ ਵੀ ਸੀਜ਼ਨ, ਪਤਾ ਨਹੀਂ ਠੰਡ ਜੀ 'ਚ ਜਿਵੇਂ ਮੰਨ ਲਓ ਝੋਨੇ ਦਾ ਸੀਜ਼ਨ ਚੱਲਦਾ ਹੁੰਦਾ ਨਾ, ਵੀ 10-11 ਵਜੇ ਮਸ਼ੀਨ ਇੱਥੇ, ਬਸ ਉਹ ਵੀ 8 ਵਜੇ ਤੋਂ ਪਹਿਲਾਂ ਕੋਈ ਮਸ਼ੀਨ ਨਹੀਂ ਐਤਕੀ ਕਿਸੇ ਨੇ ਚਲਵਾਈ, ਜੇ ਚਲਵਾਉਂਦਾ ਵੀ ਤਾਂ ਖੇਤ ਉਰੇ ਤਾਂ ਜਾਂਦੇ ਤੇ ਅਗਲਾ ਗਾਂ ਜਾ ਕਹਿੰਦਾ ਤਾਂ ਖੜ ਜਾਓ ਚਾਹ ਪੀ ਲਓ ਪਹਿਲਾਂ, ਜਾਣੂ 8-8:30 ਹੋ ਜਾਂਦੇ ਤੇ। ਐਤਕੀ ਸਮਝ ਜੀ ਨਹੀਂ ਲੱਗੀ ਕੋਈ ਸੀਜ਼ਨ ਵੀ ਗੁਜਰਾਤ ਦਾ ਕਿਵੇਂ, ਹੈ ਨਾ, ਮਿੰਟਾਂ ਸਕਿੰਟਾਂ ਦੇ ਵਿੱਚ ਜਿਵੇਂ ਕਹਿ ਦਿੰਦੇ ਆਪਾਂ ਵੀ ਦਿਨਾਂ ਦਾ ਕੰਮ ਘੰਟਿਆਂ 'ਚ ਹੋ ਜਾਂਦਾ, ਉਹ ਗੱਲ ਹੋਈ ਆ। ਨਹੀਂ ਅੱਗੇ ਅਸੀਂ ਪਿਛਲੇ 29 ਮਾਰਚ ਨੂੰ ਮਸ਼ੀਨ ਉੱਡ 'ਤੇ ਫ੍ਰੀ ਕਰੀ ਤੀ, ਜਦ ਵੀ ਹਜੇ ਅਸੀਂ ਛੱਡ ਕੇ ਗਏ ਤੇ ਵਿੱਚ ਕੰਮ ਫਾਈਨਲ ਨਹੀਂ ਤਾਂ ਹੋਇਆ ਪੂਰਾ। ਐਤਕੀ ਵੀ ਇੰਨੀ ਕੁ ਤਾਂ ਹੋਏ ਜਾਣੀ, 22-23 ਤਰੀਕ ਦੇ ਪਹਿਲਾਂ ਐਤਕੀ ਕੰਮ ਨਹੀਂ ਨਿਬੜਦਾ ਹੈਗਾ, ਜਿਹੜੇ ਹਾਲਾਤ ਦੇਖਦੇ ਹਾਂ। ਬਾਕੀ ਐਵੇਂ ਜਿੰਨਾ ਕੰਮ ਆਈ ਗਿਆ ਨਾ, ਨਾਲ ਦੀ ਨਾਲ ਕੰਮ ਮਸ਼ੀਨਾਂ ਚੱਲੀ ਗਈਆਂ, ਵੱਢ ਗਏ ਕਰੀ ਗਏ ਉੱਪਰ ਥੱਲੇ ਜੇ, ਬਾਕੀ ਤੁਹਾਨੂੰ ਦਿਖਾਉਂਦੇ ਹਾਂ ਅੱਜ ਬਾੜੀਆਂ ਦੇ ਵਿੱਚ, ਜਿੱਥੇ ਛੋਟੇ ਛੋਟੇ ਬਾੜੀਆਂ ਦੇ ਵਿੱਚ ਨਾ ਕਟਰ ਪਾਉਣੇ ਪੈਂਦੇ ਆ, ਪੂਰੀ ਪੂਰੀ ਜਗ੍ਹਾ ਹੁੰਦੀ ਆ। ਬਸ ਆਹ ਦਿੱਕਤ ਗੁਜਰਾਤ ਦੇ ਵਿੱਚ ਬੜੀ ਦਿੱਕਤ ਆ, ਵੀ ਛੋਟੀ ਜਿਹੀ ਬਾੜੀ ਹੁੰਦੀ ਉਹਦੇ ਵਿੱਚ ਵੀ ਲਾ ਕੇ ਕਟਰ ਪਾਉਣਾ ਪੈਂਦਾ, ਹੈ ਨਾ, ਜਗ੍ਹਾ ਨਹੀਂ ਹੁੰਦੀ। ਦਿਖਾਉਂਦੇ ਹਾਂ ਤੁਹਾਨੂੰ। ਲਓ ਜੀ ਬਾਈ ਜੀ, ਵੱਢਿਆ ਹੈਗਾ ਖੇਤ, 12 ਬਿਘਿਆਂ ਦਾ ਖੇਤ ਆ ਬਾਈ ਜੀ, ਪਲਾਟ ਬੜਾ। ਭਈਆ ਕੈਸੇ ਹੋ? ਬੜੀਆ ਲੱਗੇ ਹੋਏ ਜੀ, ਧਾਨ ਦਾ ਢੇਰ ਲਾਉਣ ਫੋਲਣ ਲੱਗਿਆ ਹੋਇਆ ਬਾਈ। ਇੱਧਰ ਗੈਨੀ ਲੱਗਿਆ ਹੋਇਆ, ਗੇੜੇ ਦੇਣ ਗੈਨੀ ਚੜਾਉਣਾ ਜੀ, ਵੱਢ ਕੇ ਮਾਰਿਆ 12 ਬਿਘੇ ਦਾ ਪਲਾਟ ਗੈਨੀ ਨੇ। ਗੈਨੀ ਉਹ ਵੱਢਣਾ ਓਏ, ਹਾਂ ਭਈਆ ਇਸਮੈਲ ਕਰਦੇ ਬੜੀਆ ਇਸਮੈਲ। ਲਓ ਜੀ ਪਲਾਟ ਵੱਢਿਆ ਗਏ ਤਾਂ 2 ਕੁ ਬਿਘੇ ਦਾ ਹੋਰ ਖੱਤਾ ਜੀ ਗੈਲ, ਗੈਨੀ ਜੀ ਉਹ ਗੈਨੀ ਹੋਇਆ
ਹਾਂਜੀ ਭਈਆ ਜੀ ਕੜਕੀ ਕੁੜਕੀ ਤੇ ਸਹੀ ਨਿਕਲਿਆ ਗਿਉ ਲੋ ਜੀ ਬਾਈ ਜੀ ਬਹੁਤ ਵਧੀਆ ਮਾਲ ਨਿਕਲਿਆ ਵੱਡੇ ਕਹਿੰਦੇ ਕੁਛ ਪਹਿਲਾਂ ਵੜਤੇ ਤੇ ਜੀ ਕੁਛ ਆ ਰਹਿ ਗਿਆ ਬਸ ਲਾਸਟ ਖੇਤ ਆ 2 ਵਿਘੇ ਦਾ ਜੀ ਇੱਧਰ 12 ਵਿਘੇ 20 ਕੁ ਵਿਘੇ ਤੇ ਬਾਈ ਜੀ ਇਹਨਾਂ ਤੋਂ 19 ਵਿਘੇ ਹੋਰ ਭਈਆ ਵਧੀਆ ਜੰਗਲ ਦਾ ਰਸਤਾ ਬਾਈ ਜੀ ਜੰਗਲ ਲਾ ਕੇ ਲੈਣ ਆਈ ਰੇਲ ਗੱਡੀ ਜਾਂਦੀ ਇੱਧਰ ਨੂੰ ਲੰਬਾ ਹੀ ਲੰਬਾ ਬਾਈ ਸਾਰੇ ਕੱਪੜੇ ਆਏ 2 ਵਿਘੇ ਹੀ ਆਏ ਆਉਣ ਜਾਣੇ ਆ ਜੀ ਲਓ ਜੀ ਬਾਈ ਜੀ ਵੱਢਿਆ ਗਿਆ ਖੇਤ ਆ ਲਿਆਉਂਦਾ ਮਸ਼ੀਨ ਖਿੱਚੀ ਖਿੱਚ ਲਿਆ ਓਏ ਹੋਰ ਰਾਜੂ ਬਾਈ ਵਧੀਆ 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 ਇਹ ਆਪਣੇ ਲੜਕੇ ਹੈ ਦੋਨੋਂ ਹੈ ਦੋਨੋਂ ਮੈਂ ਹਮਾਰਾ ਲੜਕਾ ਹੈ ਦੋਨੋਂ ਕੌਨ ਸੀ ਕਲਾਸ ਮੇਂ ਪੜਤਾ ਹੈ ਮੈਂ 8ਵੀਂ ਕਲਾਸ ਮੇਂ ਪੜਤਾ 8ਵੀਂ ਮੇਂ ਤੂੰ 6ਵੀਂ ਹੈ ਕਹਾਂ ਪੇ ਅੰਕੁਲ ਅੰਕੁਲ ਕਿਤਨੇ ਕਿਸਨੇ ਕਿਤਲਾ ਮੁਕਲਾ ਸੇ ਹਮ ਕੇ ਤ੍ਰਿਜੂ ਔਰ ਅੱਜ ਛੁੱਟੀ ਗਈ ਕੀ ਅੱਜ ਛੁੱਟੀ ਆਜ 10ਵੀਂ 12ਵੀਂ ਬੋਰਡ ਕੀ ਪਰੀਕਸ਼ਾ ਚੱਲ ਰਹੀ ਹੈ ਇਸ ਲਈ ਛੁੱਟੀ ਹੈ ਔਰ ਬੜੀ ਰਾਜੂ ਬਾਈ ਰਾਜੂ ਬੜੀਆ ਬੜੀਆ ਹੀ ਜਾਈਏ ਭਈਆ ਗੇਹੂੰ ਅੱਛਾ ਬੜੀਆ ਨਿਕਲ ਗਿਆ ਬਿਲਕੁਲ ਸਾਫ ਤੁਹਾਰਾ ਅੱਜ ਮੌਸਮ ਬਹੁਤ ਖਰਾਬ ਥਾ ਸੁਬਹ ਬਾਦਲ ਬਹੁਤ ਥਾ ਖਰਾਬ ਥਾ ਬਾਦਲ ਥਾ ਅਗਰ ਪਾਣੀ ਗਿਰ ਜਾਂਦਾ ਤਾਂ ਪਾਣੀ ਦਾ ਕੰਮ ਖਰਾਬ ਹੋ ਜਾਂਦਾ ਸਭ ਹਾਂ ਚਲੋ ਅੱਛਾ ਬੜੀਆ ਨਿਕਲ ਗਿਆ ਭਈਆ ਲਓ ਜੀ ਆਉਂਦਾ ਦੱਬੀਓ ਰੱਖ ਦੇਣਾ ਭਈਆ ਨੀਚੇ ਰੱਖ ਦੇਣਾ ਇਸਕੋ ਥੋੜਾ ਅੱਗੇ ਕਰਕੇ ਰੱਖ ਦੇ ਭਈਆ ਫਿਰ ਗਾੜੀ ਚੱਲ ਜਾਏਗੀ ਤੂੰ ਰੱਖ ਦੇ ਵਹਾਂ ਪੇ ਅਰੇ ਗਾੜੀ ਐਸੇ ਨੀਚੇ ਹੋ ਜਾਏ ਨਾ ਗਾੜੀ ਕਿਹੜੀ ਹੋ ਜਾਏ ਯਹਾਂ ਸੇ ਆਉਂਦਾ ਖਿੱਚੀ ਹੋਈ ਦਿੱਕਤ ਆ ਰਹੀ ਨਾ ਜਿਹੜੀ ਇਹ ਬਾੜੀਆਂ ਦੇ ਵਿੱਚ ਨਾ ਬਾੜ ਕੇ ਕਮਾਇਆ ਨਾ ਵੀ ਕਦੇ ਕਿਤੇ ਨੂੰ ਕੱਢ ਲਓ ਕਦੇ ਕਿਤੇ ਨੂੰ ਦਰਖਤਾਂ ਦੇ ਵਿੱਚ ਨਾ ਤਾਂ ਇਹਨਾਂ ਦੇ ਕੋਈ ਕੱਟ ਲਾਉਣ ਨੂੰ ਜਗ੍ਹਾ ਛੱਡਣੀ ਹੈ ਗਿਆਨੀ ਨਾ ਤਾਂ ਕੱਟ ਲਾਉਣ ਨੂੰ ਜਗ੍ਹਾ ਛੱਡਣੀ ਆ
ਇਹ ਡਰਮਾਂ ਵਾਲੀ ਫੈਕਟਰੀ ਆ। ਲਓ ਜੀ ਇਹ ਡਰਮਾਂ ਦੀ ਫੈਕਟਰੀ ਆ ਵੀਰ ਜੀ। ਰਜਿੰਦਰ ਭਾਜੀ ਡਰਮਾਂ ਡਰਮ ਲੈਣ ਆਇਆ। ਉਹ ਨਹੀਂ ਹੋਗਾ ਫਿਰ ਵੀ ਆਪਕੋ ਇੱਕ ਵਾਰ ਗਰਮ ਪਾਣੀ ਸੇ ਧੋ ਕਰ ਲੈਣਾ। ਅੱਛਾ ਗਰਮ ਪਾਣੀ ਸੇ। ਹਾਂ ਹਾਂ ਉਹ ਕੈਮੀਕਲ ਕਾ ਰਹਤਾ ਹੈ ਸਾਦੇ ਉਹ ਹੀ ਨਹੀਂ ਚੜੇ ਰਵਾ ਜੀ ਬਿਲਕੁਲ ਭਾਈ। ਅਲੀ ਯਾਨੀ ਠੀਕ ਆ। ਹਾਂ ਹਾਂ ਵਧੀਆ ਜੀ ਵਧੀਆ। ਟੋਟੋ ਠੀਕ ਆ ਯਾਰ ਤਾਰਾ ਬੰਦਾ ਜੀ ਬੈਕ ਨਹੀਂ ਪਾ ਖਾਣੇ ਵਾਲੀ ਚੀਜ਼ ਹੈ ਨਾ। ਹਾਂ 4-300 ਦਾ ਰੱਬ ਦਿੱਤਾ ਨੇ 2-300 ਦਾ। ਠੀਕ ਹੈ ਜੀ। ਹੈ ਕਿ ਨਹੀਂ ਬਹੁਤ ਵਧੀਆ ਜੀ। ਵਧੀਆ ਜਾ ਕੇ ਆਪਣਾ ਇਹਦੇ ਵਿੱਚ ਭਾਂਡਾ ਰੇਟਾ ਬੰਦ ਕਰਕੇ ਰੱਖ ਦੋ। ਠੀਕ ਬਹੁਤ ਹੈ ਜੀ। ਠੀਕ ਹੈ ਬਹੁਤ ਵਧੀਆ ਜੀ। ਠੀਕ ਹੈ ਜੀ। ਨਹੀਂ ਆਪਣੇ ਕੋਲ ਵਾਟਰ ਕੂਲਰ ਹੈਗਾ ਉਹ ਦੁਆ ਵਾਟਰ ਕੂਲਰ। ਹਾਂ ਠੀਕ ਆ ਬਾਈ ਲੈ ਲਿਆ ਡਰਮ ਆਪਣੇ ਵਾਸਤੇ ਚੱਲਦੇ ਆ ਮਸ਼ੀਨ ਕੋਲ। ਲਓ ਜੀ ਬਾਈ ਚੱਲਦੀ ਆ ਮਸ਼ੀਨ ਲੱਗੀ ਹੋਈ ਆ ਮੌਲੀ ਲੱਗਿਆ ਹੋਇਆ ਬਟਨ। ਡਿੱਗੀ ਹੋਈ ਬਹੁਤ ਆ ਬਾਈ ਜੀ ਵਿੱਚ ਵਿੱਚ ਐਂ ਡਿੱਗੀ ਵੀ ਆ ਘਟਾ ਦਿੱਤੀ ਮਾਰੋ ਮਾਰੋ ਉੱਧਰ ਨਾਲ ਦੀ ਨਾਲ ਬੱਲਾਂ ਵੀ ਚੱਕਰੀ ਡਿੱਗੀ ਜਾਂਦੇ ਬਾਹਰ ਬਾਹਰ ਉੱਪਰ। ਡਿੱਗਿਆ ਹੋਇਆ ਵਿੱਚ ਵੱਡਿਆ ਲਾ ਰਿਹਾ ਢੇਰੀਆਂ ਲਾਈਨਾਂ ਚ ਅਗਲੇ ਸਾਲ ਮੈਂ ਥੋੜਾ ਰੱਖਦੇ ਵੀਰ ਥੋੜਾ ਥੋੜਾ ਸਾ ਗਾੜੀ ਨਿਕਲ ਜਾਏ ਇੱਕ ਵਾਰ।
ਡਾਲ ਦੇ ਪਹਿਲੇ। ਜਾਂ ਡਾਲ ਲਈ ਅੰਦਰ, ਜਾਂ ਪਰ ਡਾਲ ਲਈ। ਪਹਿਲੇ ਡਾਲ ਦੇ ਇਸਕੋ। ਲਓ ਜੀ ਭਾਤੀ ਟੈਂਕੀ ਲੱਗਿਆ ਕੱਢਣ। ਜੀ ਖੇਤ ਗਿਆ ਵੱਢਿਆ, ਇੱਧਰ ਹੋ ਗਿਆ ਜੀ ਚਾਹ ਦਾ ਪ੍ਰੋਗਰਾਮ ਸ਼ੁਰੂ। ਪਕੌੜੇ ਆ ਗਏ ਬਣੇ ਬਣੇ ਬਾਈ ਜੀ, ਭਜੀਆ ਕਹਿੰਦੇ ਇਹਨੂੰ। ਲਓ ਜੀ ਬਾਈ ਆ ਕੇ ਬਣ ਕੇ ਪਕੌੜੇ। ਜਿੰਨਾ ਬਾਈ ਗਰੀਬ ਬੰਦਾ ਨਾ, ਮੈਂ ਦੇਖ ਲਿਆ ਕਰਦਾ, ਬਹੁਤ ਸੇਵਾ ਕਰਦਾ ਬਾਈ ਬੰਦਾ ਹੈ। ਜਿੰਨਾ ਬੰਦਾ ਗਰੀਬ ਆ ਗੁਜਰਾਤ ਦੇ ਵਿੱਚ, ਇਤਨੀ ਦੁੱਗਣੀ ਸੇਵਾ ਕਰਦਾ। ਇਹ ਮਹਿਮਾਨ ਆਏ ਤੇ ਉਹਨਾਂ ਦੇ ਮਾਸੀ ਆਈ ਸੀ ਇਹਦੀ ਪੂਜ ਦੀ। ਆ ਦੇਖ ਲੈ ਬਾਈ, ਅਲੱਗ ਅਲੱਗ ਆਈਟਮ ਬਣਾਈ ਹੋਈ ਹੈ, ਬੱਚੇ ਪਾਲਕ ਵਾਲੇ, ਬੱਚੇ ਦੂਏ, ਬੱਚੇ ਆਲੂ ਵਾਲੇ ਹੈ। ਕਿਆ ਬੋਲਤੇ ਇਸਕੋ? ਵਧੀਆ ਵਧੀਆ ਵਧੀਆ। ਤੁਮੇ ਕਿਆ ਬੋਲਤੇ? ਪਕੌੜਾ ਬਹੁਤ ਧੀਮੇ ਗਜੀਆ ਸਲਾਦ ਹੈ, ਬਹੁਤ ਫਾਸਟ ਸਲਾਦ ਹੈ, ਬਹੁਤ ਫਾਸਟ ਸਲਾਦ ਹੈ। ਕੌਣ? ਅਰੇ ਕਹਾਂ ਫਾਸਟ ਚਲਾ ਰਿਹਾ, ਧੀਰੇ ਧੀਰੇ ਚਲਾ ਰਿਹਾ, ਧੀਮੇ ਚਲਾ ਰਿਹਾ, ਇਤਨੀ ਧੀਮੇ ਚਲਾ ਰਿਹਾ। ਉਹ ਬੰਦ ਕਰ ਦਿੰਦਾ। ਅਰੇ ਬੱਸ ਕਰ, ਬਹੁਤ ਦਾਣਾ ਨਿਕਲ ਗਿਆ। ਓਏ ਚੱਲਦੇ ਚੱਲਦੇ, ਅਰੇ ਬੈਲਟ ਨਾ ਫਸ ਜਾਏ। ਏ ਓਏ ਓ ਡੋਲ ਲੈ। ਚਾਹ ਪੀ ਲਾ, ਆਹ ਪਕੌੜੇ ਪਕੂੜੇ ਖਾ ਲਾ, ਤੇਰੇ ਵਾਸਤੇ ਪਕੌੜੇ ਲਿਆਂਦੇ ਬਣਾ ਕੇ ਵੀਰੇ। ਪ੍ਰੋਗਰਾਮ ਚੱਲਦਾ ਤਾਂ ਆਇਆ ਤੁਮੀ। ਅੱਜ ਫਿਊਜ਼ ਨੇ ਪਕੌੜਾ ਬਣਾਇਆ ਅੱਜ। ਮਹਿਮਾਨ ਆਏ ਥੇ ਵੀ, ਕਿਧਰ ਕਰਕੇ ਹੈ, ਕਰਕੇ ਤੁਮਾਰੇ
ਮੈਂ ਉਸ ਦਿਨ ਨੰਬਰ ਲੈਣੇ ਆਇਆ ਸੀ ਤੇਰਾ, ਹਮਕੋ ਨਹੀਂ ਪਤਾ ਤੁਹਾਰਾ ਨੰਬਰ ਫਿਊਜ਼ ਕਾ ਕਿਤਨਾ ਸਭ ਨੇ ਖਾਇਆ ਬਾਈ ਪਕੌੜਾ ਤਾਂ, ਪਕੌੜਾ ਸਭ ਨੇ ਖਾਇਆ ਕਹਿੰਦਾ। ਆਏ ਬਾਈ ਮੁਰਲੀ ਮੁਰਲੀ ਓਏ ਪਾਣੀ ਪੀਏਗਾ ਦੇਖੋ ਬਾਈ ਜੀ ਕਿੰਨਾ ਪਿਆਰ ਮੁਹੱਬਤ ਕਰਦੇ ਆ, ਪਕੌੜੇ ਖਿਲਾ ਰਿਹਾ ਦੇਖ ਲੋ। ਹਾਂ ਇਹ ਕਿਸ ਕੋ ਵੀ ਖਿਲਾਣਾ, ਹਾਂ ਇਹ ਕਿਸ ਕੋ ਵੀ ਖਿਲਾਣਾ, ਇਹ ਬੇਚਾਰਾ ਬਹੁਤ ਅੱਛਾ ਆਦਮੀ, ਇਸ ਕੋ ਇਹ ਗਾੜੀ ਫਿਰ ਧੀਮੀ ਚਲਾਏਗਾ, ਇਸ ਕੋ ਖਿਲਾ ਦੇ। ਖਾ ਯਾਰ ਐ ਨਾ ਕਰ, ਤੈਨੂੰ ਆਏ ਆਏ ਚੱਲ ਚੱਲ ਵਾਹ ਬਈ ਵਾਹ ਨਜ਼ਾਰਾ ਰਿਹਾ ਤਾ ਬਹੁਤ ਬਾਈ, ਸਹੀ ਗੱਲ ਆ, ਪਿਆਰ ਮੁਹੱਬਤ ਬਹੁਤ ਕਰਦੇ ਆ ਇਹ ਬੰਦੇ, ਬਹੁਤ ਵਧੀਆ ਬਾਈ ਜੀ। ਲਓ ਜੀ ਲੱਸੀ ਵੀ ਆ ਗਈ ਨਾਲੇ, ਮੌਲੀ ਲੱਸੀ ਵੀ ਆ ਗਈ, ਲੱਸੀ ਲੱਸੀ ਦੀ ਕੇਨ ਲਿਆਏ ਜੀ। ਮੌਲੀ ਮਾੜਾ ਹੁਣ ਦੇ ਲਾ ਤਾ, ਮੌਲੀ ਹੁਣ ਤਾਂ ਪਕੌੜੇ ਵੀ ਖਿਲਾ ਤੇ ਮਾੜਾ, ਹੌਲੀ ਬੜਦੀ ਲੱਸੀ ਵੀ ਪਿਲਾ ਤੀ, ਪਕੌੜੇ ਖਿਲਾ ਤੇ, ਆਰਾਮ ਨਾਲ ਬੜਦੀ ਮਾੜਾ ਯਾਰ, ਹੁਣ ਨਾ ਕਾਹਲੀ ਕਰੀ, ਦੇਖ ਲੈ ਪਕੌੜੇ ਦਾ ਹੱਕ ਦੇ ਦੀ ਵੀਰੇ, ਮਿੱਟੀ ਆਉਂਦੀ ਫਿਰ ਥੱਲੇ ਦੇ ਡਾਲਦੇ, ਤੁਸੀਂ ਡਾਲਦੇ ਕਿਤਨੇ ਕਾ ਮਿਲ ਜਾਏਗਾ, ਹਜ਼ਾਰ ਰੁਪਏ ਕਾ ਮਿਲ ਜਾਏਗਾ, ਬੜੇ ਵਾਲਾ 200 ਲੀਟਰ ਵਾਲਾ, ਹਾਂ ਦੇਖੋ ਵਹਾਂ ਪੇ ਵੋ, ਹਾਂ ਵਹੀਂ ਸਾ ਲਾਏ ਹੈ, ਹਾਂ ਅਭੀ ਆਟਾ ਪੜਾ ਨਾ, ਹਮਾਰਾ ਆਟਾ ਡਾਲੇਂਗੇ ਇਸਮੇ, ਬੜੇ ਵਾਲਾ ਤੋ ਹੈ ਹਮਾਰੇ ਪਾਸ, ਦੂਸਰਾ 50 ਲੀਟਰ ਵਾਲਾ ਪੜਾ ਹੈ, ਤੂੰ ਵੀ ਲੈ ਫਿਰ ਚਾਏ, ਢੱਕਣ ਵੀ ਬੜਾ, ਚਾਏ ਪੀ ਤੂੰ ਵੀ, ਹਾਂ ਚਾਏ ਪੀਂਗੇ, ਉਹਨਾਂ ਦੇ ਵੱਢ ਕੇ ਨਾ ਆਪਾਂ ਹੁਣ ਫੇਰ ਮੰਦਰ ਵਾਲੀ ਸਾਈਡ ਆ ਗਏ, ਇੱਥੇ ਨਾ ਬਾਈ ਜਮੇ ਮਸ਼ੀਨ ਪੂਰੀ ਪੂਰੀ ਲੰਘਦੀ, ਇੱਕ ਸਾਈਡ ਤਾਂ ਇੱਧਰ ਨਾਲੀ ਜੀ ਆ ਡੂੰਘੀ, ਇੱਧਰ ਪੱਥਰ ਲਾਏ ਹੋਏ ਆ, ਪੂਰੀ ਪੂਰੀ ਮਸ਼ੀਨ ਲੰਘਦੇ, ਦੇਖ ਲਓ ਕਿੱਥੇ ਜਾ ਕੇ ਟਾਇਰ ਲੰਘਦਾ, ਜਮੇ ਹੀ ਨਹੀਂ ਬਾਈ ਰਾਹ ਹੈ ਨਾ ਸਮਾਰ ਦਾ, ਕੋਈ ਪਤਾ ਨਹੀਂ ਕੀ ਚੱਕਰ, ਇੱਧਰ ਕਾਹਤੇ ਨਹੀਂ ਰਾਹ ਸਮਾਰਦੇ, ਪਿਛਲੇ ਸਾਲ ਆਪਣਾ ਟਰਾਲਾ ਇੱਥੇ ਪਿੰਨ ਟੁੱਟ ਕੇ ਇੱਥੇ ਗਿਰਿਆ ਤਾ, ਇਹੀ ਲੋਕੇਸ਼ਨ ਦੇ ਆਪਣਾ ਟਰਾਲਾ ਜਿਹੜਾ ਨਾ ਵਿੱਚ ਗਿਰਨੇ ਤੇ ਬਚ ਗਿਆ ਤਾ, ਬਾਈ ਬਚਾਅ ਹੋ ਗਿਆ ਤਾ, ਮਾਲਕ ਨੇ ਹੀ ਰੱਖ ਲਏ ਤੇ ਜਦ ਤਾਂ, ਬਾਕੀ ਇੱਧਰ ਦਾ ਏਰੀਆ ਸਾਰਾ ਵੱਢੇ ਆ ਗਏ, ਤਾਂ ਪਤਾ ਨਹੀਂ ਕਿਹਦਾ ਵੱਢਣ ਆਏ ਆ, ਹੁਣ ਏਜੰਟ ਨੇ ਫੋਨ ਕਰਿਆ ਭਜਨ ਬਾਈ ਨੂੰ, ਪਿੱਛੇ ਜਿਹਨਾਂ ਦੇ ਵੱਢ ਗਏ ਬੜੇ ਵਧੀਆ ਬੰਦੇ ਬਾਈ, ਗਰੀਬ ਬੰਦੇ ਦਾ ਦਿਲ ਬਾਕੀ ਕਹਿੰਦੇ ਵੀ ਉਹਦੇ ਵਰਗਾ ਦਿਲ ਨਹੀਂ ਹੁੰਦਾ ਹੈ ਨਾ, ਕਹੇ ਤਾਂ ਇੰਨੀ ਸੇਵਾ ਕਰੀ ਬੰਦਿਆਂ ਨੇ, ਜਾਂਦੀ ਆ ਰਾਣੀ ਭੱਜੀ, ਬਾਕੀ ਰਾਹ ਨਹੀਂ ਮੈਂ ਪੱਥਰਾਂ ਵਾਲਾ ਖੇਤ ਨੂੰ ਕਾਹ ਰਾਹ ਚੜ੍ਹਦਾ, ਇੱਕ ਇੱਦਾਂ ਮਸ਼ੀਨਾਂ ਚੜ੍ਹਦੀਆਂ ਉੱਪਰ ਨੂੰ ਪੂਰਾ ਪੂਰਾ ਰਾਹ, ਤੁਸੀਂ ਵੀਡੀਓ ਦੇਖਦੇ ਹੋਣੇ ਆ ਨਾ ਸਾਡੀ, ਦੇਖੀ ਹੈ ਪੱਥਰੇ ਯਾਰ ਥੱਲੇ, ਹੋਰ ਤਾਂ ਕੋਈ ਹੈ ਹੀ ਨਹੀਂ, ਆਹ ਮਾੜੀ ਜਿਹੀ ਮਿੱਟੀ ਆਈ ਉਰੇ ਆ ਕੇ, ਇੱਧਰੋਂ ਆ ਕੇ ਰਸਤਾ ਵੀ ਖੁੱਲ੍ਹਾ, ਮੰਦਰ ਕਨੀ ਦਾ ਰਸਤਾ ਵੀ ਬਾਈ ਪੂਰਾ ਪੂਰਾ ਹੈ, ਬੜੀ ਮੁਸ਼ਕਿਲ ਕਾ ਕੱਢੀ ਦੀ ਉੱਥੇ, ਚਲੋ ਹੁਣ ਤਾਂ ਹੱਥ ਲੱਗ ਗਈ ਮੌਲੀ ਦੇ ਵੀ, ਨਹੀਂ ਪਹਿਲਾਂ ਪਹਿਲਾਂ ਆਏ ਹਾਂ ਜਦੋਂ ਤਾਂ
ਬਹੁਤ ਕੰਮ ਡਰ ਜਿਹਾ ਲੱਗਦਾ ਤਾ ਇਹਨੂੰ ਵੀ। ਚਲੋ ਦਿਖਾਉਂਦੇ ਹੁਣ ਖੇਤ 'ਚ ਚੱਲ ਕੇ। ਆਪਾਂ ਆਹ ਅੱਡੇ 'ਤੇ ਆ ਗਏ, ਇਹ ਬਾੜੀ 'ਤੇ ਆ ਗਏ। ਪਿਛਲੇ ਸਾਲ ਆਪਾਂ ਨੇ ਖੇਤ ਵੱਢਿਆ ਤਾ, ਕਈ ਮੇਰੇ ਵੀਰਾਂ ਨੇ ਜਿਹੜੇ ਪੁਰਾਣੇ ਵੀਡੀਓ ਮੇਰੇ ਦੇਖਦੇ ਆ ਨਾ, ਪੁਰਾਣੇ ਆਪਣੇ ਕੇ ਜੁੜੇ ਹੋਏ ਆ ਬਾਈ, ਜਿੱਥੇ ਰਾਤ ਨੂੰ ਭਜਨ ਹੈ ਨਾ ਰੱਜ ਨੂੰ, ਲਵ ਯੂ ਕਹਿੰਦਾ ਤਾ, ਉਹ ਅੱਡਾ ਇਹ ਇੱਥੇ ਰਾਤ ਰੁਕੇ ਤੇ ਪਿਛਲੇ ਸਾਲ ਜੰਗਲ 'ਚ ਮੰਗਲ ਇੱਥੇ ਲਾਈ ਦੀ ਭਜਨ ਬਾਈ ਨੇ। ਇੱਥੇ ਸਾਰੀ ਰਾਤ ਨਾ ਮਸ਼ੀਨ ਉਰੀ ਵੱਢਣਾ ਤਾ, ਸਵੇਰੇ ਆਹ ਪਲਾਟ ਵੱਢ ਗਿਆ ਉੱਪਰ ਕਣਕ ਦੀ ਪਿਛਲੇ ਸਾਲ, ਇਹ 'ਚ ਇਹ ਵੱਢਣਾ ਤਾ, ਉਹਦੇ ਬਾਅਦ ਰਾਤ ਹਨੇਰਾ ਹੋ ਗਿਆ ਤਾਂ ਫਿਰ ਕਹਿੰਦੇ ਵੀ ਉਰੀ ਮਸ਼ੀਨ ਕਢਾ ਲਓ, ਇੱਥੇ ਮਸ਼ੀਨ ਕਢਾ ਲਈ ਦੀ, ਬਾਕੀ ਮਸ਼ੀਨ ਉੱਧਰ ਆਪਣੀ ਲੱਗੀ ਆ ਕਟਰ ਲਾਉਣ ਉਹ ਸਾਹਮਣੇ। ਤੁਸੀਂ ਹਿਸਾਬ ਲਾ ਲਓ ਬਾਈ, ਪਿਛਲੇ ਸਾਲ ਸਾਡੇ ਉਰੇ 3-4 ਦਿਨ ਹੈ ਨਾ ਪੂਰੇ ਠੋਕੇ ਲੱਗੇ ਤੇ, ਜਿਹਨੂੰ ਕਹਿ ਦਈਏ ਆਹ ਵੀ ਪਲਾਟ ਬਾਈ ਐਤਕੀ ਖਾਲੀ ਦਾ ਹੈ ਨਾ, ਇਹਦੇ ਬਾਅਦ ਉੱਪਰਲਾ ਕਿੱਡਾ ਪਲਾਟ ਆ ਉਹ ਵੀ ਖਾਲੀ, ਉਹ ਸਿਰੇ ਤੱਕ ਤੁਹਾਨੂੰ ਖਾਲੀ ਉਹ ਦਿਖੂਗਾ। ਉਹਦੇ ਬਾਅਦ ਇੱਧਰ ਇੱਕ ਆਹ ਪਲਾਟ ਵੀ ਵੱਢਿਆ ਤਾ, ਇਹ ਵੀ ਖਾਲੀ, ਘੱਟੋ ਘੱਟ ਵੀਰ ਮੇਰਾ 250-250 ਬਿੱਘਾ ਹੋਇਆ ਤਾ, ਇੰਨੇ ਕੇ ਰਿਹਾ ਉੱਪਰ ਇੱਕ ਪਲਾਟ ਜਿਹਾ ਖੜਾ ਬਸ। ਵੀ ਮੈਂ ਕਹਿੰਦਾ ਦੇਖ ਕੇ ਐਤਕੀ ਤਾਂ ਪਹੁੰਚੇ ਜਦ ਉਰੇ, ਐਂ ਲੱਗਦਾ ਕਈ ਮੇਰੇ ਵੀਰਾਂ ਨੇ ਮਜ਼ਾਕ ਮੰਨਿਆ ਤਾ ਮੇਰਾ ਹੈ ਨਾ, ਬਾਈ ਤੂੰ ਤੜਾ ਝੂਠ ਬੋਲੀ ਜਾਂਦਾ ਰੋਈ ਜਾਂਦਾ, ਇਹ ਬਾਈ ਕਣਕ ਐਤਕੀ ਹੈ ਉਹ ਘੱਟ ਦੀ। ਆਹ ਵੀ ਦੇਖ ਲਓ ਜਿਹਦੀ ਹੈਗੀ ਹੈ ਕਣਕ, ਹੁਣ ਇਹ ਦੇਖ ਲਓ ਤੁਸੀਂ ਕਿੰਨੀ ਕੁ ਤਕੜੀ ਕਣਕ ਲੈ, ਖਲ ਬੋਧੀ ਜੀ ਕਣਕ ਆ ਬਾਈ ਜਮਾਈ, ਕਣਕ ਐਤਕੀ ਮਰੀ ਜ਼ਿਆਦੇ ਹੈ ਇਹਨਾਂ ਦੀ, ਪਾਣੀ ਦੀ ਪ੍ਰੋਬਲਮ ਹੈਗੀ ਦੀ, ਬਾਕੀ ਖੂਹ ਆ ਨਾ ਖੂਹ ਦੇ ਵਿੱਚ ਜਿੱਥੇ ਤਾਂ ਪਾਣੀ ਲੱਗਣਾ ਤਾ ਉਹੀ ਚੀਜ਼ ਤਾਂ ਪਾਣੀ ਦਾ ਖਾਲੀ ਹੋਈ ਪਈ ਆ, ਲੈ ਦੇਖ ਲਓ ਬਾਈ ਕਿੱਥੇ ਚਲ ਗਿਆ ਪਾਣੀ, ਘੱਟੋ ਘੱਟ ਵੀ 100 ਫੁੱਟ 'ਤੇ ਪਾਣੀ ਆਉਣਾ ਹੁਣ, ਜਮੀ ਖਾਲੀ ਪਿਆ ਖੂਹ, ਉਹ ਆ ਥੱਲੇ ਜਾ ਕੇ ਪਾਣੀ। ਆਓ ਜੀ ਸੇਠ ਜੀ, ਰਾਮ ਰਾਮ। ਹੋਰ ਇਸ ਵਾਰ ਗੇਹੂੰ ਕੰਮ ਕਿਉਂ ਲਗਾ ਦਈਏ ਇਤਨਾ, ਆਪਣੇ ਤਾਂ ਬੋਰ ਕਈ ਟਾਈਮ, ਆਪਣੇ ਤਾਂ ਪਿਛਲੇ ਵਾਰ ਵੀ ਇਤਨਾ ਹੀ ਤਾਂ ਵੀ ਕਮਜ਼ੋਰ ਰਹਿ ਗਿਆ ਇਸ ਵਾਰ ਨਾ, ਗੇਹੂੰ ਇਤਨਾ ਜ਼ੋਰਦਾਰ ਨਹੀਂ ਆਇਆ ਇਸ ਵਾਰ, ਨੱਥੀ ਹੋਣ ਕਿਆ ਖਾਂਡੀ ਉਤਾਰਨ ਤੇ, ਪਿਛਲੇ ਸਾਲ ਤੋਂ ਜੇ ਸਭੀ ਮੈਂ ਗੇਹੂੰ ਕਾਟਾ ਤਾਂ ਪੰਨੇ ਇਸ ਵੇ ਵੀ ਉਸ ਵੇ ਵੀ, ਇਸ ਵਾਰ ਕਿਉਂ ਨਹੀਂ ਲਗਾਇਆ ਇਹਨਾਂ ਨੇ, ਕਣਕ ਫਸਲ ਮਾੜੀ ਹੁੰਦੀ ਆ ਤਾਂ ਇਹਨਾਂ ਨੂੰ ਐ ਹੁੰਦਾ ਵੀ ਮਸ਼ੀਨ ਆਰਾਮ ਨਾਲ ਚਲਾਉਣ ਬਸ, ਨੁਕਸਾਨ ਨਾ ਹੋਵੇ ਜੀ, ਰੁਕਾ ਤਾ ਰਾਤ ਜਹੀ ਰੁਕਾ ਤਾ ਕੱਢ ਜਹੀ ਰਾਤ ਰੁਕਾ ਤਾ, ਹਾਂ ਬਾਈ ਉਹਦੀ ਭਾਸ਼ਾ ਚ ਕਹਿੰਦਾ ਇਹ ਵੀ ਪਿਛਲੇ ਸਾਲ ਤੁਸੀਂ ਇੱਥੇ ਰੁਕੇ ਤੇ, ਕੋਈ ਚਿੰਤਾ ਮਤ, ਉਹ ਇੱਕ ਨੰਬਰ ਡਰਾਈਵਰ ਆਪਣਾ ਇੱਕ ਨੰਬਰ ਕਾਟੇਗਾ, ਬਾਕੀ ਨਾ ਪਾਣੀ ਵੀ ਹੈ ਪੀਣੇ ਵਾਲਾ, ਬਾਕੀ ਰੇਹ ਗਵਾੜੀ ਦੀ ਨਾ ਬਾਈ ਪੀਣੇ ਦਾ ਪਾਣੀ, ਮੈਂ ਕਹਿੰਦਾ ਵੀ ਕਿਆ ਰੇਹ ਜੀਗਾ ਮੰਨਿਆ, ਅੱਜ ਪਹਿਲੀ ਟਰਾਲੀ ਚ ਦਾਣੇ ਪਾਉਣੇ ਆਪਾਂ ਨੇ, ਜਿਹੜੀ ਪਹੁੰਚੀ ਆ ਨਾ ਦਾਣੇ ਪਾਉਣ ਵਾਸਤੇ ਵੀ ਛੋਟੇ ਟਰੈਕਟਰ ਮਗਰ ਪਾ ਕੇ ਬਈ, ਵੀ ਇੰਜਣ ਸਪੈਸ਼ਲ ਲਗਾਇਆ ਲੱਗਦਾ ਮੈਨੂੰ, ਥੋੜ੍ਹੀ ਜਿਹੀ ਟਰੈਕਟਰਾਂ ਦੇ ਵਿੱਚ ਜਗਾੜਬਾਜ਼ੀ ਕਰਕੇ ਨਾ ਜ਼ਿਆਦਾ, ਇਹ ਹੈਗਾ MT 625 ਟਰੈਕਟਰ ਦੇਖ ਲਓ ਤੁਸੀਂ, ਇਹਨਾਂ ਦੇ ਸਾਰਾ ਹੀ ਕਰਾਈ ਪਈ ਆ ਟਰੈਕਟਰਾਂ ਨੇ ਤਾਂ, ਜਮੀ ਛੋਟੇ ਛੋਟੇ ਟਾਇਰ ਆ ਨਾ, ਆਹ ਉਰੇ ਕਲੱਚ ਪਲੇਟ ਆ ਗਈ ਇੰਨੇ ਕੁ ਜੇ ਉਸ ਪੁਰਜੇ ਜਿਹੇ 'ਚ, ਆਹ ਗੇਅਰ ਬੋਕਸ ਆ ਗਿਆ, ਉਹਦੇ ਬਾਅਦ ਛੋਟਾ ਜਿਹਾ ਇੰਜਣ ਆ ਗਿਆ, ਕਮਾਲ ਦੀਆਂ ਚੀਜ਼ਾਂ ਤਿਆਰ ਕਰੀਆਂ ਵੀ, ਇਹ ਪਤਾ ਨਹੀਂ ਕੀ ਚੱਕਰ ਆ ਵੀ ਛੋਟੇ ਟਰੈਕਟਰ ਕਾਹਤੇ ਆ, ਦੇਖ ਲਓ ਸਟੈਂਡ ਲਾਉਣ ਦੇ ਜਿਵੇਂ ਆਪਣੇ ਬਾਂਗ ਹੁੰਦੀ ਆ ਨਾ ਉੱਗਣਾ ਢਿੱਲਾ ਟਾਇਟ ਹੁੰਦਾ, ਚੂੜੀ ਵਾਲੇ ਸਿਸਟਮ ਲਾਇਆ ਹੋਇਆ ਪਹੀਏ ਨੂੰ ਸਟੈਂਡ ਨੂੰ, ਵਾਕਈ ਬਾਈ ਦੇਖਣ ਵਾਲੀ ਚੀਜ਼ਾਂ ਹੁੰਦੀਆਂ ਇਹਨਾਂ ਦੀਆਂ, ਟਰੈਕਟਰ ਗਲ ਜਾਂਦੇ ਆ ਪਰ ਇਹ ਖੇਤੀ ਨਹੀਂ ਹੈ, ਉਹ ਲਿਆਉਣਾ ਨਹੀਂ ਛੱਡਦੇ ਉਹਨਾਂ, ਦੇਖ ਲਓ ਮਗਰਾਹਟ ਗਲ ਕੇ ਇਹਦੇ ਜਮੀ, ਫਿਰ ਵੀ ਕੰਮ ਲੈਂਦੇ ਬਾਈ ਪੂਰਾ ਇਹਦੇ। ਚਲੋ ਲੱਗ ਜਾਵੇ ਮਸ਼ੀਨ, ਦਿਖਾਉਂਦੇ ਹਾਂ ਫਿਰ ਤੁਹਾਨੂੰ
ਬਾਕੀ ਬਾੜੀ ਦੇ ਰੇਹ ਕਿਤੇ ਪਾਣੀ ਦਾ ਸਾਧਨ ਆ ਨਾ, ਜਿਹੜਾ ਮਟਕਾ ਚਾਹੇ ਛੋਟਾ ਹੋਵੇ ਚਾਹੇ ਵੱਡਾ ਹੋਵੇ ਜ਼ਰੂਰ ਪਿਆ ਹੋਊਗਾ। ਚਾਹੇ ਨਹੀਂ ਬਣਾਏਗਾ ਚਾਹੇ ਤਾਂ ਬਣਾ ਲੇ, ਚਾਹੇ ਨਹੀਂ ਪੈ ਪਾਏਗਾ ਚਾਹੇ ਬਣਵਾ ਲੇ। ਹੁਣ ਮੋਟਰਸਾਈਕਲ 'ਤੇ ਚਾਹ ਲੈਣ ਜਾਊਗਾ, ਵੀ ਗਾਉਂ ਉੱਥੇ ਲੈ ਕੇ ਆਏਗਾ। ਲਓ ਜੀ ਬਾਈ, 7 ਬਿਘਿਆਂ ਦਾ ਪਲਾਟ ਤਾ, ਇਹਦਾ ਤਾਂ ਪਤਾ ਵੀ ਨਹੀਂ ਲੱਗਿਆ ਵੀ ਕਦੋਂ ਵੱਢੇਗਾ ਕਣਕ ਮਾੜੀ ਜੀ ਦੀ। ਬਸ ਮਸ਼ੀਨ ਨੇ ਹਨੇਰੀ ਲਿਆ ਤੀ, ਬਾਕੀ ਇੱਕ ਤਾਂ ਗੱਲ ਦੇਖ ਲਓ ਟਰੈਕਟਰ ਹੈ ਨਾ ਕੋਲ ਖੜ੍ਹਾ, ਤਾਂ ਵੀ ਦਾਣੇ ਬਾਈ ਤਰਪਾਲ 'ਤੇ ਪਾਏ ਹੀ ਨਹੀਂ ਹੈਗੇ, ਦਾਣੇ ਟਰਾਲੀ 'ਚ ਪਾਏ ਆ, ਟਰਾਲੀ ਖੜ੍ਹੀ ਦੀ ਕੋਲ ਨਹੀਂ ਹੈ ਨਾ ਵੀ ਲਾਲਚ ਕਰਨਾ ਵੀ ਚਲੋ ਇੱਕ ਅੱਧਾ ਟੈਂਕੇ ਪੈ ਜਾਵੇ, ਬਾਕੀ ਜਿਹੜੇ ਵਧੇ ਤਾਂ ਉਹ 'ਚ ਪੈ ਜਾਣਗੇ। 2 ਟੈਂਕ ਹੋਏ ਆ ਬਾਈ 7 ਬਿਘਿਆਂ 'ਚੋਂ, ਦੂਆ ਤਾਂ ਅੱਧਾ ਕੇ ਹੋਇਆ, ਇੱਕ ਫੁੱਲ ਭਰ ਕੇ ਕੱਢਤਾ ਪਹਿਲਾਂ, ਇੱਕ ਅੱਧਾ ਕੱਢਤਾ ਬਾਈ। ਪੈਸਾ ਲੈ ਗਿਆ ਵੋ, ਹੈਲੋ ਓ ਬਾਈ, ਜਿੱਥੇ ਏਜੰਟ ਕਹਿੰਦੇ ਪਿਆ ਨਾ ਵੀ ਆਪਣੇ ਪੇਮੈਂਟ ਲੈ ਕੇ ਆਏ ਹੋ ਤਾਂ ਉੱਥੇ ਤਾਂ ਬਾਈ ਲਿਆਉਣੀ ਪੈਂਦੀ ਆ, ਨਹੀਂ ਤਾਂ ਫਿਰ ਉਹ ਵੀ ਕਈ ਵਾਰ ਕਾਪੀ 'ਚ ਲਿਖ ਲੈਂਦਾ ਵੀ ਇਹ ਲਿਆਏ ਹੈ ਨਾ, ਅਸੀਂ ਲਿਖ ਲੈਂਦੇ ਵੀ ਉਹ ਲੈ ਗਿਆ, ਤਾਂ ਰੌਲਾ ਪੈ ਜਾਂਦਾ ਬਾਅਦ 'ਚ ਪਹਿਲੇ ਦਾ ਸਾਡਾ ਖਾਦਾ ਕਦਮਾਣ ਪਈ ਗਿਆ, 2 ਦਿਨ ਕਾਪੀ 'ਚ ਹਿਸਾਬ ਨਹੀਂ ਹੋਇਆ ਹੈਗਾ। ਬਾਕੀ ਹੁਣ ਆਹੀ ਲਾਸਟ ਖੇਤਾ ਵੱਢ ਕੇ ਹੁਣ ਚੱਲੀ ਮਸ਼ੀਨ ਅੱਡੇ 'ਤੇ, ਚਲੋ ਪੁੱਛ ਲਈ ਇਹਨਾਂ ਨੂੰ ਪੈਸੇ ਪੂਸੇ ਵੀ ਦੇਣਗੇ ਕਿ ਦੇਣਗੇ।